ਪੰਜਾਬ ਦੇ ਨੌਜਵਾਨ ਨੇ ਨਿਊਜ਼ੀਲੈਂਡ ਦੇ ਵਿੱਚ ਝੰਡੇ ਗੱਡੇ ਨੇ। ਗੜਸ਼ੰਕਰ ਦੇ ਕਸਬਾ ਸੈਲਾ ਖੁਰਦ ਦੇ ਨੌਜਵਾਨ ਸਤਿਅਮ ਗੌਤਮ ਨੇ ਨਿਊਜ਼ੀਲੈਂਡ ਦੇ ਵਿੱਚ ਪੰਜਾਬ ਦਾ ਮਾਨ ਵਧਾਇਆ ਹੈ। ਸਤਿਅਮ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਕਰੈਕਸ਼ਨ ਅਫਸਰ ਬਣਿਆ। ਸਤਿਅਮ ਗੌਤਮ ਜ਼ਿਲ੍ਹੇ ਦਾ ਪਹਿਲਾ ਅਜਿਹਾ ਨੌਜਵਾਨ ਹੈ ਜਿਸ ਨੂੰ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਕਰੈਕਸ਼ਨ ਅਧਿਕਾਰੀ ਅਤੇ ਗ੍ਰੈਜੂਏਟ ਵਜੋਂ ਭਰਤੀ ਕੀਤਾ ਗਿਆ। ਦਰਅਸਲ ਸਤਿਅਮ ਆਪਣੀ ਭੈਣ ਨੂੰ ਮਿਲਣ ਦੇ ਲਈ ਵਿਜ਼ਟਰ ਵੀਜ਼ੇ ਤੇ ਨਿਊਜ਼ੀਲੈਂਡ ਗਿਆ ਸੀ। ਇਸ ਦੌਰਾਨ ਸਤਿਅਮ ਜੇਲ੍ਹ ਅਧਿਕਾਰੀ ਵਜੋਂ ਤੈਨਾਤ ਆਪਣੇ ਜੀਜਾ ਅਕਸ਼ੇ ਕੁਮਾਰ ਦੇ ਨਾਲ ਜੇਲ੍ਹ ਗਿਆ, ਜਿਸ ਦੌਰਾਨ ਜੇਲ੍ਹ ਅਧਿਕਾਰੀ ਨੇ ਸਤਿਅਮ ਦੀ ਬੋਡੀ ਫਿਟਨੈਸ ਨੂੰ ਵੇਖਦਿਆਂ ਕਿਹਾ ਕਿ ਉਹਨਾਂ ਨੂੰ ਅਜਿਹੇ ਪੁਲਿਸ ਅਧਿਕਾਰੀਆਂ ਦੀ ਜ਼ਰੂਰਤ ਹੈ ਜਿਸ ਦੇ ਲਈ ਉਹਨਾਂ ਪੁਲਿਸ ਵਿੱਚ ਨੌਕਰੀ ਦੇ ਲਈ ਅਰਜ਼ੀ ਦੇਣ ਦੀ ਅਪੀਲ ਕੀਤੀ। ਸਤਿਅਮ ਨੇ ਅਪਲਾਈ ਕਰਨ ਤੋਂ ਬਾਅਦ ਲਿਖਤੀ ਤੇ ਸਰੀਰਕ ਪ੍ਰੀਖਿਆ ਪਾਸ ਕੀਤੀ। ਮੈਡੀਕਲ ਰਿਪੋਰਟ ਦੇ ਨਤੀਜੇ ਵਜੋਂ ਇੱਕ ਸ਼ਾਕਾਹਾਰੀ ਅਲਕੋਹਲ ਮੁਕਤ ਸਰੀਰ ਨਿਕਲਿਆ, ਜਿਸ ਤੋਂ ਬਾਅਦ ਪੁਲਿਸ ਨੇ ਸਤਿਅਮ ਨੂੰ 5 ਸਾਲ ਦਾ ਵਰਕ ਵੀਜ਼ਾ ਦੇ ਕੇ ਕਰੈਕਸ਼ਨ ਅਧਿਕਾਰੀ ਅਤੇ ਗ੍ਰੈਜੂਏਟ ਦੀ ਡਿਗਰੀ ਪ੍ਰਦਾਨ ਕੀਤੀ। ਸਤਿਅਮ ਨੂੰ ਮਿਲੀ ਇਸ ਸਫਲਤਾ ਦੀ ਖਬਰ ਜਿਵੇਂ ਹੀ ਘਰ ਪਹੁੰਚੀ ਤਾਂ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਤਿਅਮ ਦੇ ਪਿਤਾ ਨਰਿੰਦਰ ਕੁਮਾਰ ਗੌਤਮ ਅਤੇ ਅੰਜਨਾ ਗੌਤਮ ਪੁੱਤਰ ਦੀ ਸਫਲਤਾ ਤੋਂ ਬੇਹੱਦ ਖੁਸ਼ ਨੇ ਤੇ ਹੁਣ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਇੱਦਾਂ ਜੀ, ਵੀ ਮੇਰਾ ਜਿਹੜਾ ਬੇਟਾ ਸੀ ਕਾਫੀ ਇੰਟੈਲੀਜੈਂਟ ਸੀਗਾ, ਇੱਥੇ ਕਾਲਜ ਵੱਲੋਂ ਵੀ ਉਹਨੂੰ ਮਿਸਟਰ ਪਰਫੈਕਟ ਦਾ ਖਿਤਾਬ ਦਿੱਤਾ ਗਿਆ ਸੀਗਾ। ਬੇਟੀ ਮੇਰੀ ਬਾਹਰ ਨਿਊਜ਼ੀਲੈਂਡ ਦੇ ਵਿੱਚ ਹੈ ਅਤੇ ਉਹਨੇ ਉਹਨੂੰ ਇਨਵਾਈਟਸ ਆਪਣੇ ਵਿਜ਼ਿਟ ਕਰਨ ਲਈ ਸੱਦਿਆ ਸੀਗਾ। ਉੱਥੇ ਮੇਰਾ ਜਵਾਈ ਜੇਲਰ ਹੈ, ਇੱਕ ਦਿਨ ਉਹ ਜੇਲ੍ਹ ਦਿਖਾਲਣ ਲਈ ਉਹਨੂੰ ਲੈ ਕੇ ਗਿਆ ਤਾਂ ਉੱਥੇ ਦੇ ਜਿਹੜੇ ਜੇਲ੍ਹ ਅਧਿਕਾਰੀ ਸੀ ਉਹਨੇ ਮੇਰੇ ਬੇਟੇ ਦੀ ਪਰਸਨੈਲਿਟੀ ਔਰ ਫਿਟਨੈਸ ਬੜੀ ਅੱਛੀ ਲੱਗੀ ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪੁਲਿਸ ਜੁਆਇਨ ਕਰੋ। ਉਹਨੇ ਕਿਹਾ ਵੀ ਮੈਂ ਤਾਂ ਪਿੱਛੇ ਬਿਜ਼ਨਸ ਕਰਦਾ, ਫਿਰ ਮੇਰੇ ਕੋਲ ਵੀਜ਼ਾ ਵੀ ਹੈ ਨੇ। ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਟੈਸਟ ਦਿਓ ਨੌਕਰੀ ਦੇ ਲਈ, ਜੇ ਕਲੀਅਰ ਕਰ ਜਾਂਗੇ ਤਾਂ ਵਰਕ ਪਰਮਿਟ ਅਸੀਂ ਦੇ ਦਾਂਗੇ ਤੁਹਾਨੂੰ। ਤਾਂ ਮੇਰੇ ਬੇਟੇ ਨੇ ਜਿਹੜੀ ਹੈ ਉੱਥੇ ਦੀ ਰਿਟਰਨ ਔਰ ਫਿਜ਼ੀਕਲ ਸਾਰੇ ਟੈਸਟ ਪਾਸ ਕੀਤੇ ਅਤੇ ਜਿਹੜਾ ਵੈਜੀਟੇਰੀਅਨ ਮੇਰਾ ਬੇਟਾ ਸੀ ਅਤੇ ਉਹਦੀ ਜਿਹੜੀ ਮੈਡੀਕਲ ਰਿਪੋਰਟ ਆ ਉਹਦੇ ਵਿੱਚ ਵੈਜੀਟੇਰੀਅਨ ਔਰ ਅਲਕੋਹਲ ਫਰੀ ਬੋਡੀ ਦੇ ਜੋ ਨਤੀਜੇ ਹੋਏ ਤਾਂ ਉਹਨਾਂ ਨੇ ਕਾਫੀ ਪ੍ਰਭਾਵਿਤ ਹੋ ਕੇ ਉਹਨੂੰ 5 ਸਾਲ ਦਾ ਵਰਕ ਦੇ ਦਿੱਤਾ ਅਤੇ ਹੁਣ 26 ਅਪ੍ਰੈਲ ਨੂੰ ਉਹਦੀ ਗ੍ਰੈਜੂਏਸ਼ਨ ਡਿਗਰੀ ਦੇ ਨਾਲ ਡਿਪਾਰਟਮੈਂਟ ਦੀ ਨੌਕਰੀ ਉਹਨਾਂ ਨੇ ਪੁਲਿਸ ਦੇ ਵਿੱਚ ਉਹਨੂੰ ਪੱਕੇ ਤੌਰ 'ਤੇ ਦਿੱਤੀ। ਕਿਉਂਕਿ ਮੈਨੂੰ ਤਾਂ ਯਕੀਨ ਨਹੀਂ ਸੀਗਾ, ਕਿਉਂਕਿ ਮੈਂ ਤਾਂ ਇਹ ਚਾਹੁੰਦਾ ਨਹੀਂ ਸੀ ਵੀ ਮੇਰਾ ਇੱਕੋ ਬੇਟਾ ਹੈ ਇੱਥੇ, ਉਹਦੇ ਲਈ ਬਹੁਤ ਅੱਛਾ ਬਿਜ਼ਨਸ ਅਸੀਂ ਤਿਆਰ ਕਰਕੇ ਰੱਖਿਆ ਸੀ ਅਤੇ 4 ਕੁ ਮਹੀਨੇ ਬਾਅਦ ਉਹਨੇ ਮੁੜ ਕੇ ਆਉਣਾ ਸੀਗਾ। ਜਦੋਂ 15 ਜਨਵਰੀ ਨੂੰ ਮੈਂ ਦੇਖਦਾ ਜੀ ਵੀ ਉਹਨੇ ਆਉਣਾ ਤਾਂ ਮੈਨੂੰ 28 ਦਸੰਬਰ ਨੂੰ ਉਹਨਾਂ ਨੇ ਦੱਸਿਆ ਵੀ ਪਾਪਾ ਇਹਨੂੰ ਇੱਥੇ ਸਰਕਾਰੀ ਜੋਬ ਮਿਲਦੀ ਪਈ ਹੈ, ਦੱਸੋ ਕਿੱਦਾਂ ਕਰਨੀ। ਫਿਰ ਮੈਂ ਕਿਹਾ ਵੀ ਚਲੋ ਜੇ ਕੁਛ ਹੈਗਾ ਤਾਂ ਜੇ ਮਿਲਦੀ ਹੈ ਤਾਂ ਬੇਟੇ ਦੀ ਕਾਬਲੀਅਤ ਉੱਥੇ ਹੀ ਸਰਕਾਰ ਪਾ ਰਹੀ ਹੈ ਤਾਂ ਕਰ ਲਵੇ। ਤਾਂ ਫਿਰ ਬੱਚਿਆਂ ਨੇ ਮੇਰੇ ਜਵਾਈ ਨੇ ਵੀ ਕਾਫੀ ਹੈਲਪ ਕਰਕੇ ਉਹਦੀ ਮਦਦ ਕੀਤੀ ਅਤੇ ਉਹ ਇਸ ਵੇਲੇ ਉੱਥੇ ਸਰਕਾਰੀ ਤੌਰ 'ਤੇ ਪੁਲਿਸ ਵਿੱਚ ਸ਼ਾਮਿਲ ਹੋ ਗਿਆ। ਬੱਚੇ ਮੁੰਡੇ ਦੇ ਪਹਿਲੇ ਵੀ ਜਿਹੜਾ ਵੀ ਕੋਈ ਸੀ ਇਹਨੂੰ ਮੰਨਦਾ ਸੀ ਅਤੇ ਮੁੰਡੇ ਨੇ ਡਾਇਟੀਸ਼ੀਅਨ ਦਾ ਵੀ ਕੋਚ ਸੀਗਾ ਔਰ ਜਿਮ ਦੇ ਨਾਲ ਬੜੀ ਵਧੀਆ ਲਗਾ ਸੀਗਾ, ਬੋਡੀ ਬਹੁਤ ਵਧੀਆ ਉਹਨੇ ਆਪਣੀ ਬਣਾਈ ਹੋਈ ਸੀ, ਸਾਰੀ ਦੁਨੀਆ ਮਤਲਬ ਮਤਲਬ ਪ੍ਰੇਮ ਕਰਦੀ ਸੀ ਸਾਰਾ ਇਲਾਕਾ ਉਹਨੂੰ। ਅਤੇ ਜਦੋਂ ਇਹ ਹੋਇਆ ਤਾਂ ਸਰ ਸਾਨੂੰ ਤਾਂ ਹੋਣੀ ਸੀ ਖੁਸ਼ੀ, ਪੂਰੇ ਇਲਾਕੇ ਨੂੰ ਉਹਦੇ 'ਤੇ ਮਾਣ ਅਤੇ ਬੜੀ ਖੁਸ਼ੀ ਪ੍ਰਸੰਨਤਾ ਹੋਈ ਹੈ। ਸਤਿਅਮ ਨਿਊਜ਼ੀਲੈਂਡ ਘੁੰਮਣ ਲਈ ਗਿਆ ਸੀ ਵਿਜ਼ਟਰ ਵੀਜ਼ੇ 'ਤੇ, ਉਹਦੇ ਸਿਸਟਰ ਨੇ ਬੁਲਾਇਆ ਸੀਗਾ ਅਤੇ ਉਹ ਉੱਧਰ ਉਹਨੇ ਨਿਊਜ਼ੀਲੈਂਡ ਸਰਕਾਰ ਨੇ ਜਿਹਦਾ ਮੇਰਾ ਜਵਾਈ ਹੈ ਜਿਸ ਤਰ੍ਹਾਂ ਦਾ ਮਾਦਮੇ ਦਾ, ਉਹ ਵੀ ਨਿਊਜ਼ੀਲੈਂਡ ਜੇਲਰ ਡਿਪਾਰਟਮੈਂਟ ਦੇ ਵਿੱਚ ਹੈ, ਉਹ ਆਪਣੇ ਜੀਜੂ ਦੇ ਨਾਲ ਘੁੰਮਣ ਲਈ ਗਿਆ ਅਤੇ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਤਰ੍ਹਾਂ ਦੀ ਫਿਟਨੈਸ ਸਾਡੇ ਲੜਕਿਆਂ ਦੀ ਜ਼ਰੂਰਤ ਹੈ ਅਤੇ ਸਾਡੇ ਮੇਰੇ ਦਮਾਦ ਨੇ ਕਿਹਾ ਵੀ ਇਹ ਤਾਂ ਵਿਜ਼ਟਰ ਵੀਜ਼ੇ 'ਤੇ ਆਇਆ, ਉਹ ਕਹਿੰਦੇ ਵੀਜ਼ੇ ਦੀ ਕੋਈ ਗੱਲ ਨਹੀਂ ਤੁਸੀਂ ਇਹਨੂੰ ਪਹਿਲਾਂ ਟੈਸਟ ਦਵਾਓ। ਤਾਂ ਬੇਟੇ ਨੇ ਫਿਜ਼ੀਕਲੀ ਰਿਟਰਨ ਅਤੇ ਜੋ ਵੀ ਹੈ ਮਤਲਬ ਹਰ ਤਰ੍ਹਾਂ ਦਾ ਟੈਸਟ ਕਲੀਅਰ ਕੀਤਾ। 2 ਮਹੀਨੇ ਉਹਨੇ ਪੂਰੀ ਟੈਸਟ ਵਗੈਰਾ ਦੇਖ ਕੇ ਤਾਂ ਜੋ ਉਹਨੂੰ ਮਿਲੀ ਤਾਂ ਉਹਦਾ ਟੈਸਟ ਕਲੀਅਰ ਹੋ ਗਿਆ। ਫਿਰ ਉੱਥੇ ਨਿਊਜ਼ੀਲੈਂਡ ਸਰਕਾਰ ਨੇ ਇਹਨੂੰ ਜੇਲਰ ਡਿਪਾਰਟਮੈਂਟ ਦੇ ਵਿੱਚ ਇਹਨੂੰ ਜੋਬ ਦਿੱਤੀ।
ਅਤੇ ਹੁਣ ਸਾਨੂੰ ਜਦੋਂ ਅਸੀਂ ਉਹਨੂੰ ਕਿਹਾ ਵੀ ਤੂੰ ਕਦੋਂ ਵਾਪਸ ਆਉਣਾ ਆ, ਅਤੇ ਬੇਟੇ ਨੇ ਕਿਹਾ, ਬੇਟੀ ਨੇ ਫਿਰ ਸਾਨੂੰ ਕਿਹਾ ਵੀ ਨਹੀਂ, ਉੱਥੇ ਨਿਊਜ਼ੀਲੈਂਡ ਸਰਕਾਰ ਨੇ ਤੁਹਾਡਾ ਬੇਟਾ ਰੱਖ ਲਿਆ ਹੈ, ਹੁਣ ਅਸੀਂ ਇਹਨੂੰ ਵਾਪਸ ਨਹੀਂ ਭੇਜਣਾ। ਉਸ ਟਾਈਮ ਤਾਂ ਸਾਨੂੰ ਮਤਲਬ ਯਕੀਨ ਵੀ ਨਹੀਂ ਹੋਇਆ ਵੀ ਇਹ ਗੱਲ ਇੱਦਾਂ ਹੈ। ਅਸੀਂ ਕਿਹਾ ਵੀ ਮਜ਼ਾਕ ਕਰਦੇ ਆ ਬੱਚੇ, ਕਹਿੰਦੇ ਨਹੀਂ ਮੰਮਾ ਵੀ ਸੱਚੀ ਮੈਨੂੰ ਉੱਥੇ ਗੌਰਮੈਂਟ ਜੋਬ ਮਿਲ ਗਈ ਹੈ। ਅਤੇ 5 ਸਾਲ ਦਾ ਉਹਨਾਂ ਨੇ ਵੀਜ਼ਾ ਦੇ ਦਿੱਤਾ ਮੈਨੂੰ। ਹੁਣ ਤਾਂ ਫਿਰ ਮੈਂ ਕੁਛ PR ਵਗੈਰਾ ਜੋ ਵੀ ਹੈ 5 ਸਾਲ ਬਾਅਦ ਹੀ ਆਊਂਗਾ, ਅਤੇ ਨਾਲੇ ਫਿਰ ਆਪਣੇ ਏਰੀਏ 'ਚ ਪਤਾ ਤਾਂ ਲੱਗੂਗਾ ਵੀ ਬੇਟਾ ਤੁਹਾਡਾ ਕੁਛ ਬਣ ਕੇ ਆਇਆ ਹੈ। ਬਹੁਤ ਸਾਨੂੰ ਮਤਲਬ ਮਾਣ ਆਪਣੇ ਬੱਚੇ 'ਤੇ, ਪਰ ਮੇਰਾ ਬੇਟਾ ਫਿਟਨੈਸ ਲਈ ਵੀ ਬਹੁਤ ਵਧੀਆ ਸੀ, ਅਤੇ ਉਹਨੂੰ ਬਹੁਤ ਜ਼ਿਆਦਾ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਸੀ। ਅਤੇ ਉਹਨੂੰ ਜਿਹੜੀ ਉਹਦੀ ਤਪੱਸਿਆ ਹੈ, 12 ਸਾਲ ਦੀ ਤਪੱਸਿਆ ਸਫਲ ਹੋ ਗਈ। ਮਤਲਬ 12 ਸਾਲ ਤੋਂ ਉਹਨੂੰ ਸੀਗਾ ਵੀ ਮੈਂ ਆਹ ਨਹੀਂ ਖਾਣਾ, ਮੈਨੂੰ ਵੀ ਬਹੁਤ ਕਹਿੰਦਾ ਸੀ ਮੰਮਾ ਆਹ ਨਾ ਕਰੋ ਉਹ ਨਾ ਕਰੋ, ਅਤੇ ਮੈਨੂੰ ਵੀ ਉਹਨੇ ਬਹੁਤ ਉੱਦਾਂ ਹੈਲਥ ਇਸ਼ੂ ਸੀਗੇ, ਉਹਨੇ ਮੈਨੂੰ ਕਾਫੀ ਆਪਣੇ ਉਹਦੇ ਨਾਲ ਸੈੱਟ ਕੀਤਾ ਹੈ। ਅਤੇ ਹੁਣ ਉੱਧਰਲੀ ਸਰਕਾਰ ਨੇ ਮੁੱਲ ਪਾ ਦਿੱਤਾ ਹੈ ਉਹਦਾ, ਅਤੇ ਮੈਨੂੰ ਇਸ ਤੋਂ ਹੋਰ ਜ਼ਿਆਦਾ ਖੁਸ਼ੀ ਹੋ ਰਹੀ ਹੈ। ਮੇਰੇ ਮਾਇੰਡ 'ਚ ਤਾਂ ਹੈ, ਸਾਡੇ ਤਾਂ ਹੈ ਹੀ ਨਹੀਂ ਸੀ, ਅਸੀਂ ਤਾਂ ਵੇਟ ਕਰਦੇ ਸੀਗੇ। ਨਿਊਜ਼ੀਲੈਂਡ ਸਰਕਾਰ ਨੇ ਜੀ ਉਹਦਾ ਮੁੱਲ ਪਾਇਆ, ਮੈਂ ਨਾ ਅਫਸਰਾਂ ਨੇ ਦੇਖਿਆ, ਉਹ ਬਹੁਤ ਖੁਸ਼ ਹੋਏ ਸਾਰੇ ਜਣੇ ਦੇਖ ਕੇ, ਅਤੇ ਉਹਨਾਂ ਨੇ ਸਾਡਾ ਲੈ ਹੀ ਗਏ ਬੇਟਾ, ਇਹੀ ਕਹਿ ਸਕਦੇ ਹੁਣ ਆਪਾਂ। ਇਹ ਸਤਿਅਮ ਗੌਤਮ ਆਪਣਾ ਭਤੀਜਾ ਹੈ ਜੀ, ਅਤੇ ਮੁੰਡਾ ਬਹੁਤ ਮਿਹਨਤੀ ਸੀ, ਅਤੇ ਉਹਦਾ ਪਤਾ ਨਹੀਂ ਲੱਗਾ ਕਦੋਂ ਜਵਾਨ ਹੋਇਆ ਅਤੇ ਕਦੋਂ ਕਿੱਥੇ ਬਾਹਰ ਪਹੁੰਚ ਗਿਆ ਜੀ। ਇਹ ਬਹੁਤ ਖੁਸ਼ੀ ਵਾਲੀ ਗੱਲ ਵਾ ਜੀ, ਵੀ ਸਾਨੂੰ ਪਤਾ ਲੱਗਾ ਵੀ ਉਹ ਬਾਹਰ ਪੁਲਿਸ 'ਚ ਭਰਤੀ ਹੋ ਕੇ ਗਿਆ ਅਤੇ ਇੱਥੋਂ ਘੁੰਮਣ ਸੀਗਾ ਜੀ, ਵੀ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਅਤੇ ਬਸ ਹੁਣ ਅਸੀਂ ਇਹ ਗੱਲ ਕਹਿੰਦੇ ਵੀ ਉਹ ਦਿਨ ਦੁੱਗਣੀ ਰਾਜ ਉਗਣੀ ਤਰੱਕੀ ਕਰੇ ਜੀ, ਅਤੇ ਮਹਾਰਾਜ ਅੱਗੇ ਹੀ ਅਰਦਾਸ ਕਰਦੇ ਹਾਂ ਵੀ ਬਸ ਗਾਹਾਂ ਤੋਂ ਗਾਹਾਂ ਪੈਂਡੇ ਵੱਧਦਾ ਹੀ ਜਾਵੇ ਜੀ। ਇਲਾਕੇ 'ਚ ਰਿਸ਼ਤੇਦਾਰਾਂ 'ਚ ਸਾਰੇ ਪਾਸੇ ਐਨ ਸੈਲੇ ਦੇ ਵਿੱਚ ਸਾਰੇ ਪਾਸੇ ਐਨ ਵਾਹ ਵਾਹੀ ਹੋਈ ਪਈ ਆ ਵੀ ਸਾਡੇ ਸੈਲੇ ਦਾ ਮਾਣ ਵੀ ਮੁੰਡਾ ਹੋ ਕੇ ਨਿਕਲਿਆ, ਅਤੇ ਗਿਆ ਸੀ ਟੂਰਿਸਟ ਵੀਜ਼ੇ 'ਤੇ ਉੱਥੇ ਪੁਲਿਸ ਨੇ ਭਰਤੀ ਕਰ ਲਿਆ, ਸਭ ਅਚੰਬਿਤ ਹੋ ਜੀ ਇਸ ਗੱਲ ਤੋਂ। ਮੈਂ ਯਹਾਂ ਸਤਿਅਮ ਕੇ ਨਾ ਬਿਲਕੁਲ ਦੁਕਾਨ ਕੇ ਸਾਹਮਣੇ ਹਮਾਰੀ ਦੁਕਾਨ ਹੈ, ਸਤਿਅਮ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਹੈ, ਸ਼ੁਰੂ ਸੇ ਹੀ ਇਸਨੇ ਰੱਖਾ ਹੈ ਆਪਣਾ ਕਿ ਮੈਨੇ ਆਪਣਾ ਫਿਜ਼ੀਕਲ ਫਿਟਨੈਸ ਰੱਖਣੀ ਹੈ। ਇਸਕੀ ਮੰਮੀ ਪਹਿਲੇ ਬਹੁਤ ਜ਼ਿਆਦਾ ਹੈਲਦੀ ਥੇ, ਅਬ ਆਪ ਦੇਖ ਸਕਦੇ ਹੋ ਕਿ ਉਸਕੀ ਮੰਮਾ ਕੋ ਉਸਨੇ ਕਿਸ ਤਰ੍ਹਾਂ ਹੈਲਥ ਮੇਂ ਐਨ ਫਿਟਨੈਸ ਦੀ ਹੈ, ਔਰ ਹਮੇਂ ਵਾਕਈ ਯਕੀਨ ਨਹੀਂ ਹੋ ਰਿਹਾ ਕਿ ਉਹ ਵਹਾਂ ਸਰਕਾਰੀ ਜੋਬ ਪਰ ਹੋ ਗਿਆ ਹੈ। ਪਰ ਖੁਸ਼ੀ ਬਹੁਤ ਜ਼ਿਆਦਾ ਹੈ, ਖੁਸ਼ੀ ਜੋ ਹੈ ਉਹ ਤੋਂ ਹਮ ਸੰਭਾਲ ਹੀ ਨਹੀਂ ਪਾ ਰਹੇ ਕਿ ਇਤਨੀ ਜ਼ਿਆਦਾ ਖੁਸ਼ੀ ਹੈ ਕਿ ਹਮਾਰਾ ਬੱਚਾ ਹਮਾਰੇ ਸਾਹਮਣੇ ਇਤਨੇ ਛੋਟੇ ਸੇ ਇਤਨਾ ਬੜਾ ਔਰ ਅੱਜ ਕਹਾਂ ਪਹੁੰਚ ਗਿਆ ਵੋ। ਸਭ ਤੋਂ ਜ਼ਿਆਦਾ ਡੈਡ ਕਰਕੇ ਆ ਗਏ ਕੀਤਾ ਇਸ ਚੀਜ਼ ਨੂੰ ਕਿ ਡੈਡ ਖੁਸ਼ ਹੋ ਸਕਣ, ਡੈਡ ਕਰਕੇ ਸੀ ਸਾਰਾ ਕੁਝ ਮੈਨੂੰ ਕਿ ਹਾਂ ਕਿ ਪਾਪਾ ਵੀ ਪਹਿਲਾਂ ਪੁਲਿਸ 'ਚ ਹੁੰਦੇ ਸੀ ਅਤੇ ਉਹਨਾਂ ਨੂੰ ਜੋਬ 'ਤੇ ਤਾਂ ਛੱਡਣੀ ਪਈ ਸੀ ਮੇਰੀ ਉਮਰ ਵਿੱਚ। ਅੱਛਾ, ਫਿਰ ਉਹ ਹੁੰਦਾ ਨਾ ਕਿ ਤਾਂ ਗਾਹਾਂ ਕਿ ਮੇਰਾ ਮੈਂ ਨਹੀਂ ਤਾਂ ਮੇਰਾ ਮੁੰਡਾ ਸਹੀ ਮੁੰਡਾ ਕਰੂਗਾ ਗਾਹਾਂ, ਅਤੇ ਫਿਰ ਚਲੋ ਓਪਰਚੁਨਿਟੀ ਮਿਲ ਗਈ ਆ, ਵਧੀਆ ਹੈ ਇੱਥੇ, ਕਾਫੀ ਚੀਜ਼ਾਂ ਵਧੀਆ ਹੈ ਇੱਥੇ, ਅਤੇ ਬਾਕੀ ਡਿਪਾਰਟਮੈਂਟ ਨੇ ਮੈਨੂੰ ਮੌਕਾ ਦਿੱਤਾ ਇੱਥੇ ਕਿ ਤੂੰ ਅਪਲਾਈ ਕਰਕੇ ਦੇਖ, ਜੇ ਮਤਲਬ ਤੂੰ ਕਲੀਅਰ ਕਰ ਸਾਰੇ ਟੈਸਟ ਫਿਰ ਤੇਰੀ ਵੀਜ਼ਾ ਲਵਾਉਣ 'ਚ ਮਦਦ ਕਰਾਂਗੇ, ਜੇ ਉਹਨਾਂ ਨੇ ਜੇ ਮੇਰੀ ਦਿੱਤਾ ਮੈਂ ਸਾਰੇ ਟੈਸਟ ਕਲੀਅਰ ਕਰ ਗਿਆ। ਦੱਸ ਦਈਏ ਕਿ ਸਤਿਅਮ ਨੇ 12ਵੀਂ ਤੱਕ ਮਾਹਿਲਪੁਰ ਤੋਂ ਪੜ੍ਹਾਈ ਕੀਤੀ ਅਤੇ ਹੁਸ਼ਿਆਰਪੁਰ ਤੋਂ BBA ਕਰਨ ਤੋਂ ਬਾਅਦ ਵਿਜ਼ਟਰ ਵੀਜ਼ੇ ਤੋਂ ਜਾਣ ਤੋਂ ਪਹਿਲਾਂ MBA ਕਰ ਰਿਹਾ ਸੀ। ਕਾਲਜ ਦੇ ਵਿੱਚ ਸਤਿਅਮ ਨੂੰ ਮਿਸਟਰ ਪਰਫੈਕਟ ਦਾ ਖਿਤਾਬ ਵੀ ਮਿਲਿਆ। ਸਤਿਅਮ ਨੂੰ ਜਿਮ ਦਾ ਸ਼ੌਂਕ ਸੀ ਅਤੇ ਉਸਨੇ ਹਰਬਲ ਲਾਈਫ ਡਾਇਟੀਸ਼ੀਅਨ ਦਾ ਕੋਰਸ ਵੀ ਕੀਤਾ। ਉਹ ਆਪਣੀ ਮਾਤਾ ਦੇ ਨਾਲ ਹਰਬਲ ਲਾਈਫ ਕੋਸਮੈਟਿਕ ਅਤੇ ਗਹਿਣਿਆਂ ਦੀ ਦੁਕਾਨ ਤੇ ਕੰਮ ਕਰਦਾ ਸੀ। ਸਤਿਅਮ ਦੇ ਪਿਤਾ ਨਰਿੰਦਰ ਗੌਤਮ ਦਾ ਸੈਲਾ ਖੁਰਦ ਦੇ ਵਿੱਚ ਇੱਕ ਜਨਰਲ ਸਟੋਰ ਵੀ ਹੈ, ਤੇ ਹੁਣ ਸਤਿਅਮ ਨੂੰ ਮਿਲੀ ਇਸ ਸਫਲਤਾ ਤੋਂ ਬਾਅਦ ਮਾਪੇ ਤੇ ਪਰਿਵਾਰ ਬੇਹੱਦ ਖੁਸ਼ ਨੇ।